ਡਿੜਬਾ ਦੇ ਪਿੰਡ ਕਮਾਲਪੁਰ ਵਿੱਚ ਇੱਕ ਘਰ ਦੀ ਛੱਤ ਡਿੱਗਣ ਦੇ ਕਾਰਨ ਮਾਂ ਧੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ। ਅਚਾਨਕ ਅੱਧੀ ਰਾਤ ਦੇ ਸਮੇਂ ਵਰਾਂਡੇ ਦੀ ਛੱਤ ਸੁੱਤੇ ਪਏ ਪਰਿਵਾਰ ਤੇ ਆ ਡਿੱਗੀ। ਵਰਾਂਡੇ ਦੀ ਛੱਤ ਅਤੇ ਹੋਰ ਮਲਬੇ ਨੇ ਪਰਿਵਾਰ ਨੂੰ ਥੱਲੇ ਹੀ ਦੱਬ ਲਿਆ। ਨੇੜੇ ਹੀ ਉਸੇ ਘਰ ਵਿੱਚ ਬਾਹਰ ਸੁੱਤੀ ਪਈ ਘਰ ਦੀ ਬਜ਼ੁਰਗ ਔਰਤ ਨੇ ਰੌਲਾ ਪਾਇਆ ਤਾਂ ਗਵਾਂਢੀਆਂ ਨੇ ਆ ਕੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਪਰੰਤੂ ਇਸ ਘਟਨਾ ਦੌਰਾਨ ਸਵਰਨਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੀ 15 ਸਾਲਾ ਲੜਕੀ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਈ।